ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਸਿੱਖ ਪੰਥ ਨੂੰ ਬੇਨਤੀ ਹੈ। ਗੁਰੂ ਰੂਪ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 30 ਅਪ੍ਰੈਲ 2014 ਨੂੰ ਹਰਿਮੰਦਰ ਸਾਹਿਬ ਨੂੰ ਬ੍ਰਾਹਮਣੀ ਛਤਰ ਹੇਠ ਲੈਣ ਦੀ ਯੋਜਨਾਬੰਦੀ ਨੂੰ ਪਛਾੜੀਏ। ਖਾਲਸਾ ਜੀ, ਹਿੰਦੂ ਰਾਵ ਦਾ ਪਹਿਲਾ ਹਮਲਾ ਉਸ ਸਮੇਂ ਹੋਇਆ ਜਦੋਂ ਆਰੀਆ ਸਮਾਜੀ ਆਗੂ ਦਯਾਨੰਦ ਗੁਜਰਾਤ ਤੋਂ ਪੰਜਾਬ ਆਇਆ ਤੇ ਗੁਰੂ ਨਾਨਕ ਸਾਹਿਬ ਖਿਲਾਫ ਨਫ਼ਰਤ ਭਰੀ ਬਕਵਾਸ ਕੀਤੀ। ਹਿੰਦੂ ਦਲ ਦਾ ਦੂਜਾ ਹਮਲਾ 1947 ਵਿੱਚ ਮਨੁੱਖਤਾ ਉੱਪਰ ਹੋਇਆ ਸੀ ਜਦੋਂ ਉਸ ਸਮੇਂ ਦੇ ਆਗੂਆਂ ਦੇਸ਼ ਦੀ ਵੰਡ ਪ੍ਰਵਾਨ ਕਰ ਲਈ, ਜਿਸ ਦੇ ਸਿੱਟੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਅੱਜ ਤੱਕ ਭੁਗਤ ਰਹੇ ਹਨ। ਦੇਸ਼ ਦੀ ਵੰਡ ਕਾਰਨ 10 ਲੱਖ ਤੋਂ ਉੱਪਰ ਜਾਨਾਂ ਗਈਆਂ, ਅਰਬਾਂ ਖਰਬਾਂ ਦੀ ਜਾਇਦਾਦ ਬਰਬਾਦ ਹੋਈ। ਹਿੰਦੂ ਦਲ ਦਾ ਤੀਜਾ ਹਮਲਾ ਸੀ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਉੱਪਰ, ਜਿਸ ਦੀ ਯੋਜਨਾਬੰਦੀ ਵਿੱਚ ਸ਼ਾਮਲ ਸਨ ਇੰਦਰਾ ਕੇ, ਬਾਦਲ ਕੇ ਤੇ ਅਡਵਾਨੀ ਕੇ। ਹਿੰਦੂ ਦਲ ਦਾ ਚੌਥਾ ਹਮਲਾ ਸੀ ਨਵੰਬਰ 1984 ਵਿੱਚ ਜਦੋਂ ਦਿੱਲੀ ਦੇ ਹੋਰਨਾਂ ਥਾਵਾਂ ਤੇ 10,000 ਤੋਂ ਉੱਪਰ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਹਿੰਦੂ ਦਲ ਦਾ ਪੰਜਵਾਂ ਹਮਲਾ ਸੀ ਜਦੋਂ 25,000 ਤੋਂ ਉੱਪਰ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਗਿਆ। ਇਸ ਯੋਜਨਾਬੰਦੀ ਵਿੱਚ ਵੀ ਬਾਦਲ ਕੇ ਸ਼ਾਮਲ ਸਨ, ਤਾਂ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਤਰੱਕੀਆਂ ਦਿੱਤੀਆਂ ਗਈਆਂ। ਹਿੰਦੂ ਦਲ ਦਾ 6ਵਾਂ ਹਮਲਾ ਸੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਬਰਬਾਦ ਕਰਨ ਦਾ, ਜਿਸ ਦੀ ਸ਼ੁਰੂਆਤ ਬੇਅੰਤ ਸਿੰਘ, KPS ਗਿੱਲ ਜੋੜੀ ਨੇ ਕੀਤੀ ਅਤੇ ਸਿਰੇ ਲਾਇਆ ਬਾਦਲ ਕਿਆ ਨੇ। ਹਿੰਦੂ ਦਲ ਦਾ 7ਵਾਂ ਹਮਲਾ ਸੀ ਜਦੋਂ ਬਾਬਰੀ ਮਸਜਿਦ ਢਾਈ ਗਈ। ਹਿੰਦੂ ਦਲ ਦਾ 8ਵਾਂ ਹਮਲਾ ਸੀ ਜਦੋਂ ਗੁਜਰਾਤ ਅੰਦਰੋਂ ਮੋਦੀ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨਾਂ ਨੂੰ ਉਜਾੜਨ ਦਾ। ਮੋਦੀ ਅੱਜ ਵੀ ਇਹ ਲੜਾਈ ਸੁਪਰੀਮ ਕੋਰਟ ਵਿੱਚ ਲੜ ਰਿਹਾ ਹੈ। ਹਿੰਦੂ ਦਲ ਦਾ 9ਵਾਂ ਹਮਲਾ ਸੀ ਈਸਾਈਆਂ ਨੂੰ ਜਿੰਦਾ ਸਾੜਨ ਦਾ, ਆਦਿਵਾਸੀਆਂ ਉੱਪਰ ਫੌਜਾਂ ਚਾੜਨ ਦਾ। ਅੱਜ ਦੇ ਕੀ ਹਾਲਾਤ ਹਨ? ਜੇਤਲੀ ਜੋ ਅੰਮ੍ਰਿਤਸਰ ਤੋਂ ਬਾਦਲ ਕਿਆਂ ਤੇ ਭਾਜਪਾ ਦਾ ਉਮੀਦਵਾਰ ਹੈ, ਗੁਰੂ ਰਾਮਦਾਸ ਜੀ ਦੀ ਬੇਅਦਬੀ ਨੂੰ ਸਹੀ ਦੱਸ ਰਿਹਾ ਹੈ, ਸ੍ਰੀ ਦਰਬਾਰ ਸਾਹਿਬ ਦਾ ਮਾਡਲ ਭੰਨੇ ਜਾਣ ਦੀ ਕਾਰਵਾਈ ਨੂੰ ਠੀਕ ਦੱਸ ਰਿਹਾ ਹੈ, ਤਾਂ ਹੀ ਉਹ ਆਪਣੇ ਚੋਣ ਦਫ਼ਤਰ ਹਰਬੰਸ ਲਾਲ ਖੰਨਾ ਦੀ ਯਾਦਗਾਰ ਤੋਂ ਚਲਾ ਰਿਹਾ ਹੈ, ਜਿਸ ਨੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਭੰਨਿਆ ਤੇ ਗੁਰੂ ਸਾਹਿਬਾਨ ਦੀ ਤਸਵੀਰ ਦੀ ਬੇਅਦਬੀ ਕੀਤੀ। ਜੇਤਲੀ ਪਾਰਟੀ ਅੱਜ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤੁਲਨਾ ਭਸਮਾਂ ਸੁਰ ਨਾਲ ਕਰਦੀ ਹੈ, ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਤ ਭਿੰਡਰਾਂ ਵਾਲਿਆਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਜਾ ਚੁੱਕਾ ਹੈ। ਜੇਤਲੀ ਮੋਦੀ ਪਾਰਟੀ ਗੁਜਰਾਤ ਅੰਦਰੋਂ ਹਜ਼ਾਰਾਂ ਸਿੱਖਾਂ ਨੂੰ ਉਜਾੜਨ ਲਈ ਵਾਜਿਦ ਹੈ, ਪਹਿਲਾਂ ਇੰਦਰਾ ਕਿਆ ਨੇ ਤੇ ਹੁਣ ਮੋਦੀ ਨੇ। ਜੇਤਲੀ ਪਾਰਟੀ ਇੱਕ ਯੋਜਨਾਬੰਦੀ ਤਹਿਤ ਪਾਕਿਸਤਾਨ ਨਾਲ ਜੰਗੀ ਮਾਹੌਲ ਬਣਾਈ ਰੱਖ ਰਹੀ ਹੈ, ਜਿਸ ਦਾ ਸਿੱਟਾ ਪੰਜਾਬ ਦੀ ਬਰਬਾਦੀ ਅਤੇ ਗੁਜਰਾਤ ਦੇ ਕਾਰਪੋਰੇਟਾਂ ਦੀ ਖੁਸ਼ਹਾਲੀ ਵਿੱਚ ਨਿਕਲ ਰਿਹਾ ਹੈ। ਖਾਲਸਾ ਜੀ, ਸਿੱਖ ਜਗਤ ਪਹਿਲਾਂ ਹੀ ਬਾਦਲ ਕਿਆਂ ਤੇ ਇੰਦਰਾ ਕਿਆਂ ਦੀ ਮਿਲੀ ਭੁਗਤ ਨਾਲ ਸੰਤਾਪ ਭੋਗ ਰਿਹਾ ਹੈ। ਹੁਣ ਫਿਰ ਬਾਦਲ ਜੋੜੀ, ਮੋਦੀ ਜੋੜੀ ਨਵੇਂ ਸਿਰਿਓਂ ਪੰਜਾਬ ਨੂੰ ਬਲਦੀ ਦੇ ਬੂਥੇ ਝੋਕਣਾ ਚਾਹੁੰਦੀ ਹੈ। ਸਿੱਖੀ ਨੇ ਹਮੇਸ਼ਾ ਮਾਨਵਤਾ ਦਾ ਭਲਾ ਮੰਗਿਆ ਹੈ, ਪਰ ਹਿੰਦੂ ਤਵੀ ਧਿਰਾਂ ਮਾਨਵਤਾ ਵਿਰੋਧੀ ਹਨ। ਆਓ 30 ਅਪ੍ਰੈਲ 2014 ਨੂੰ ਆਪਣੀ ਵੋਟ ਖੂਹ ਵਿੱਚ ਸੁੱਟ ਦਿਓ, ਪਰ ਜੇਤਲੀ ਨੂੰ ਵੋਟ ਨਾ ਪਾਇਓ। ਸਮੁੱਚੇ ਪੰਜਾਬ ਵਿੱਚ ਇੰਦਰਿਆ ਕਿਆਂ, ਬਾਦਲ ਕਿਆਂ, ਮੋਦੀ ਕਿਆਂ ਨੂੰ ਹਰਾਈਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਇਹ ਬੇਨਤੀਆਂ ਘਰ ਘਰ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।